ਨਤੀਜੇ ਆਉਣ ਦੇ ਵਿੱਚ ਸਿਰਫ 10 ਘੰਟੇ ਰਹਿ ਗਏ ਆ, ਪਰ ਲੋਕਾਂ ਤੋਂ ਸਬਰ ਨਹੀਂ ਹੋ ਰਿਹਾ। ਫਿਰ ਵੀ ਇੱਕ ਦੂਜੇ ਨੂੰ ਫੋਨ ਕਰ ਕਰ ਪੁੱਛਦੇ ਆ ਕਿ ਭਾਈ ਕੀ ਬਣੂ ਨੈਸ਼ਨਲ ਅਤੇ ਕਿਹਦੀ ਸਰਕਾਰ ਬਣੂ, ਪੰਜਾਬ 'ਚੋਂ ਕਿਹੜੀ ਕਿਹੜੀ ਸੀਟ, ਕੌਣ ਕੌਣ ਜਿਹੜਾ ਜਿੱਤੂਗਾ। ਔਰ ਬਹੁਤ ਸਾਰੀਆਂ ਜਿਹੜੀਆਂ ਐਕਸਾਈਟਮੈਂਟ ਲੋਕਾਂ ਦੀਆਂ ਜਿਹੜੀਆਂ ਉਹ ਵਧੀਆਂ ਹੋਈਆਂ ਨੇ। ਉੱਧਰ ਲੀਡਰਾਂ ਦੇ ਵੀ ਜਿਹੜੇ ਆ ਉਹ ਧੜਕਣਾਂ ਵਧੀਆਂ, ਉੱਧਰ ਪਾਰਟੀਆਂ ਦੀਆਂ ਵੀ ਧੜਕਣਾਂ ਵਧੀਆਂ। ਦੋ ਵੱਡੀਆਂ ਅਹਿਮ ਮੀਟਿੰਗਾਂ ਹੋਈਆਂ ਨੇ, ਇੱਕ ਇੰਡੀਆ ਗਠਜੋੜ ਦੀ ਹੋਈ ਹੈ ਅਤੇ ਦੂਜੇ ਪਾਸੇ ਭਾਜਪਾ ਦੀ ਵੀ ਇੱਕ ਵੱਡੀ ਹਾਈ ਲੈਵਲ ਮੀਟਿੰਗ ਹੋਈ ਹੈ। ਇਹਨਾਂ ਮੀਟਿੰਗਾਂ ਦੇ ਵਿੱਚ ਕੀ ਕੁਝ ਚਰਚਾ ਹੋਈਆਂ, ਕੱਲ੍ਹ ਲਈ ਕੀ ਤਿਆਰੀਆਂ ਨੇ, ਕੀ ਕੱਲ੍ਹ ਲਈ ਕੋਈ ਪਲੈਨਿੰਗ ਹੈ? ਜਿੱਥੇ ਖਦਸ਼ਾ ਪ੍ਰਗਟਾਇਆ ਇੰਡੀਆ ਗਠਜੋੜ ਨੇ ਕੱਲ੍ਹ ਦੇ ਲਈ, ਤਾਂ ਉੱਥੇ ਹੀ ਕੋਈ ਪਲੈਨਿੰਗ ਹੈ NDA ਦੀ, ਇਸ ਕਰਕੇ ਮੀਟਿੰਗਾਂ ਹੋ ਰਹੀਆਂ, ਇਸ 'ਤੇ ਵੀ ਗੱਲਬਾਤ ਕਰਾਂਗੇ। ਉੱਧਰ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਸ਼ੀਤਲ ਉਂਗਰਾਲ, ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ, ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸੀ, ਬਾਅਦ ਦੇ ਵਿੱਚ ਉਹਨਾਂ ਨੇ ਭਾਜਪਾ ਦੀ ਮਦਦ ਵੀ ਕੀਤੀ, ਅਤੇ ਅੱਜ ਕੱਲ੍ਹ ਉਹਨਾਂ ਨੇ ਫਿਰ ਕਹਿੰਦੇ ਕਿ ਅਸਤੀਫਾ ਵਾਪਸ ਲੈ ਲਿਆ ਸੀਗਾ, ਕਹਿੰਦਾ ਸੀਗਾ ਕਿ ਭਾਈ ਮੇਰਾ ਅਸਤੀਫਾ ਜਿਹੜਾ ਉਹ ਵਾਪਸ ਦੇ ਦਿਓ। ਅੱਜ ਮਿਲਣ ਗਏ ਸੀਗੇ ਸਪੀਕਰ ਸਾਹਿਬ ਨੂੰ, ਕਹਿੰਦੇ ਸਪੀਕਰ ਸਾਹਿਬ ਹੈ ਨਹੀਂ ਸੀ, ਅਤੇ ਹੁਣ ਸਪੀਕਰ ਸਾਹਿਬ ਕਹਿੰਦੇ ਆ ਕਿ ਭਾਈ ਅਸਤੀਫਾ ਤਾਂ ਅਸੀਂ 30 ਨੂੰ ਵੀ ਮਨਜ਼ੂਰ ਕਰ ਲਿਆ ਸੀ। ਹੁਣ ਇਹਦੇ ਵਿੱਚ ਸਪੀਕਰ ਸਾਹਿਬ ਗੇਮ ਖੇਡ ਗਿਆ ਜਾਂ ਸ਼ੀਤਲ ਉਂਗਰਾਲ ਗੇਮ ਖੇਡ ਗਿਆ ਜਾਂ ਭਗਵੰਤ ਮਾਨ ਕੇਜਰੀਵਾਲ ਗੇਮ ਖੇਡਦੇ ਆ, ਕੌਣ ਸਹੀ ਹੈ ਕੌਣ ਗਲਤ ਹੈ? ਜੇ ਅਸਤੀਫਾ ਦਿੱਤਾ ਸੀ ਤਾਂ ਹੁਣ ਵਾਪਸ ਕਿਉਂ ਲੈ ਰਹੇ ਆ, ਪਿੱਛੇ ਗੇਮ ਕਿਹਦੀ ਆ? ਸਾਰੀਆਂ ਖਬਰਾਂ 'ਤੇ ਵਿਸਥਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜੁੜੇ ਆ। ਭੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਸ਼ੁਕਰੀਆ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਸ਼ੀਤਲ ਉਂਗਰਾਲ ਨੇ ਪਹਿਲਾਂ ਤਾਂ ਅਸਤੀਫਾ ਦਿੱਤਾ, ਰਿੰਕੂ ਅਤੇ ਉਹ ਇਕੱਠੇ ਜਾ ਕੇ ਸ਼ਾਮਿਲ ਹੋ ਜਾਂਦੇ ਆ BJP ਦੇ ਵਿੱਚ, ਆਮ ਆਦਮੀ ਪਾਰਟੀ ਦੇ MLA ਦੇ ਤੌਰ 'ਤੇ ਅਸਤੀਫਾ ਦਿੱਤਾ ਰਿੰਕੂ, ਮਾਫ਼ ਕਰਨਾ, ਸ਼ੀਤਲ ਉਂਗਰਾਲ ਨੇ, ਅਤੇ MP ਦੇ ਤੌਰ 'ਤੇ ਰਿੰਕੂ ਨੇ ਜਾ ਕੇ ਸ਼ਾਮਿਲ ਹੋ ਜਾਂਦੇ ਆ ਔਰ ਜਿਹੜਾ BJP ਦੇ ਵਿੱਚ। ਉਸ ਤੋਂ ਬਾਅਦ ਦੋਵੇਂ ਜਣੇ ਜਿਹੜੇ BJP ਦੇ ਲਈ ਬੜਾ ਕੰਮ ਕਰ ਰਹੇ ਆ, ਔਰ ਰਿੰਕੂ ਤਾਂ ਖੁਦ ਹੀ ਕੈਂਡੀਡੇਟ ਨੇ BJP ਦੇ, ਔਰ ਜਿਹੜੇ ਸ਼ੀਤਲ ਉਂਗਰਾਲ ਨੇ ਉਹਨਾਂ ਦੇ ਲਈ ਕੰਮ ਕਰ ਰਹੇ ਹੈਗੇ ਆ, ਉਹਨਾਂ ਦੇ ਲਈ ਪ੍ਰਚਾਰ ਕਰ ਰਹੇ ਹੈਗੇ ਆ। ਤਾਂ ਹੁਣ ਕੱਲ੍ਹ ਪਤਾ ਲੱਗਿਆ, ਕਹਿੰਦੇ ਕਿ ਸ਼ੀਤਲ ਉਂਗਰਾਲ ਉਹਨਾਂ ਨੇ ਹੁਣ ਇੱਕ ਲੈਟਰ ਲਿਖਤੀ ਹੈ ਕਿ ਭਾਈ ਮੇਰਾ ਅਸਤੀਫਾ ਜਿਹੜਾ ਮੈਨੂੰ ਵਾਪਸ ਦਿੱਤਾ ਜਾਵੇ। ਪਹਿਲਾਂ ਕਹਿੰਦੇ ਸੀ ਕਿ ਜੇ ਮੇਰਾ ਅਸਤੀਫਾ ਮਨਜ਼ੂਰ ਨਾ ਕੀਤਾ ਤਾਂ ਫਿਰ ਮੈਂ ਜਿਹੜਾ ਕੋਰਟ ਜਾਊਂਗਾ, ਹੁਣ ਕਹਿੰਦੇ ਜੇ ਮੇਰਾ ਅਸਤੀਫਾ ਮਨਜ਼ੂਰ ਕਰ ਲਿਆ ਮੈਂ ਤਾਂ ਕੋਰਟ ਜਾਊਂਗਾ। ਹੁਣ ਪਹਿਲਾਂ 11 ਵਜੇ ਗਏ ਸੀ, ਕਹਿੰਦੇ ਕਿ ਮੈਨੂੰ 11 ਵਜੇ ਸਪੀਕਰ ਸਾਹਿਬ ਨੇ ਬੁਲਾਇਆ ਸੀ, ਮੈਂ ਉਹਨਾਂ ਨੂੰ ਉਹਨਾਂ ਦੇ ਬੰਦਿਆਂ ਨੂੰ ਕਹਿੰਦੇ ਦੇਤੀ ਆ ਲੈਟਰ ਕਿ ਮੇਰਾ ਅਸਤੀਫਾ ਵਾਪਸ ਕੀਤਾ ਜਾਵੇ, ਮਨਜ਼ੂਰ ਨਾ ਕੀਤਾ ਜਾਵੇ, ਅਤੇ ਕਹਿੰਦੇ ਰਿਸੀਵਿੰਗ ਮੈਨੂੰ ਦੇਤੀ ਹੈ। ਅਤੇ ਹੁਣ ਸਪੀਕਰ ਸਾਹਿਬ ਦਾ ਬਿਆਨ ਆ ਗਿਆ, ਉਹ ਕਹਿੰਦੇ ਕਿ ਮੈਂ ਤਾਂ 30 ਨੂੰ ਹੀ ਜਿਹੜਾ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਸੀਗਾ। ਤਾਂ ਸਮਝੋ ਬਾਹਰ ਗੱਲ ਚੱਲ ਰਹੀ ਹੈ ਕਿ ਜੇ ਅਸਤੀਫਾ ਪਹਿਲਾਂ ਮਨਜ਼ੂਰ ਹੋ ਗਿਆ ਸੀ ਤਾਂ ਫਿਰ ਗੱਲ ਸਾਹਮਣੇ ਬਾਹਰ ਕਿਉਂ ਨਹੀਂ ਲਿਆਂਦੀ ਗਈ? ਅਤੇ ਜੇ ਅਸਤੀਫਾ ਰਿੰਕੂ, ਮਾਫ਼ ਕਰਨਾ, ਸ਼ੀਤਲ ਉਂਗਰਾਲ ਨੇ ਦੇ ਹੀ ਦਿੱਤਾ ਸੀ ਤਾਂ ਹੁਣ ਫਿਰ ਵਾਪਸ ਕਿਉਂ ਲੈ ਰਹੇ ਆ? ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਡਾਕਟਰ ਸਾਹਿਬ? ਇਹ ਮਾਮਲਾ ਅੜਿਆ ਕਿੱਥੇ ਆ? ਗੇਮ ਖੇਡ ਕੌਣ ਰਿਹਾ ਅਸਲ ਦੇ ਵਿੱਚ? ਦੇਖੋ, ਬਹੁਤ ਹੀ ਦਿਲਚਸਪ ਗੱਲ ਹੈ ਅਸਲ ਦੇ ਵਿੱਚ, ਕਿ ਬੜੀ ਮੁਸ਼ਕਿਲ ਮੈਂ ਹੋ ਕਿ ਇੱਧਰ ਜਾਊਂ ਜਾਂ ਉੱਧਰ ਜਾਊਂ। ਸੱਚ ਗੱਲ ਤਾਂ ਇਹ ਹੈ, ਦੇਖੋ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ, ਜਦੋਂ ਰਿੰਕੂ ਜੀ ਨੂੰ ਜੁਆਇਨ ਕਰਾਇਆ ਸੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਵਿੱਚੋਂ, ਸਭ ਤੋਂ ਵੱਧ ਅਪੋਜ਼ ਇਹਨਾਂ ਨੇ ਕੀਤਾ ਸੀਗਾ, ਕਿਉਂਕਿ ਉੱਥੋਂ ਲੋਕਲ MLA ਸੀ। ਚਲੋ, ਉਹ ਫਿਰ ਦੋਨਾਂ ਨੇ ਭਾਈ ਨੇ ਭਾਈ ਪਛਾਣਿਆ, ਫਿਰ ਆਪਸ ਦੇ ਵਿੱਚ ਪਛਾਣ ਹੋ ਗਈ ਉਹਨਾਂ ਦੀ, ਅਤੇ ਇਕੱਠੇ ਹੀ ਦੋਨਾਂ ਨੇ ਕਮਲ ਦਾ ਲੜ ਫੜ ਲਿਆ। ਦਿਲਚਸਪ ਗੱਲ ਇਹ ਹੈ ਕਿ ਕਮਲ ਵਾਲੇ ਜਦੋਂ ਇਹਨਾਂ ਦੇ ਮਗਰ ਪਏ ਸੀ, ਜਿਹਨੂੰ ਲੋਟਸ ਆਪਰੇਸ਼ਨ ਕਿਹਾ ਗਿਆ ਸੀ, ਉਹਦੇ ਸ਼ਿਕਾਇਤਕਰਤਾ ਵੀ ਇਹੀ ਸੀਗੇ ਖੁਦ। ਮਤਲਬ ਸਾਡੀ ਜਿਹੜੇ ਸਿਆਸੀ ਆਗੂ ਨੇ ਉਹਨਾਂ ਦਾ ਲੈਵਲ ਜਿਹੜਾ ਹੈ, ਮਤਲਬ ਉਹ ਕਿੰਨਾ ਉੱਚਾ ਜਾਂ ਨੀਵਾਂ ਹੈ,
ਉਹਦਾ ਇਹ ਆਪਣੇ ਆਪ ਦੇ ਵਿੱਚ ਇੱਕ ਮੀਟਰ ਬਣ ਗਏ ਨੇ। ਪਰ ਦੂਜੀ ਚੀਜ਼ ਇਹ ਹੈ ਕਿ ਦੁਬਦਾ ਇੰਨੀ ਜ਼ਿਆਦਾ ਕਿ ਇੱਕ ਪਲੈਨ, ਦੂਜੀ ਪਲੈਨ, ਤੀਜੀ ਪਲੈਨ ਕਿ ਪਹਿਲਾਂ ਅਸਤੀਫਾ ਦੇ ਦਿਓ, ਫਿਰ ਕਿਤੇ ਇਹ ਨਾ ਹੋਵੇ ਪਹਿਲਾਂ ਦੂਜੀ ਪਾਰਟੀ ਜੁਆਇਨ ਕਰ ਲਓ, ਕਿਤੇ ਇਹ ਨਾ ਹੋਵੇ ਐਂਟੀ ਡਿਫੈਕਸ਼ਨ ਲਾਅ ਲੱਗ ਜਾਵੇ, ਫਿਰ ਅਸਤੀਫਾ ਦੇ ਦਿਓ, ਫਿਰ ਅਸਤੀਫਾ ਵਾਪਸ ਲੈ ਲਓ। ਉਹ ਮੈਨੂੰ ਇੱਕ ਬਹੁਤ ਲਤੀਫਾ ਯਾਦ ਆ ਰਿਹਾ ਹੈ। ਇੱਕ ਕੋਈ ਇਹਨਾਂ ਵਰਗਾ ਬੰਦਾ ਨਾ ਰੇਲਵੇ 'ਚ ਸਫ਼ਰ ਕਰ ਰਿਹਾ ਸੀ ਅਤੇ ਟੀ ਟੀ ਨੇ ਆ ਕੇ ਉਹਨਾਂ ਨੂੰ ਟਿਕਟ ਪੁੱਛਿਆ ਤਾਂ ਉਹਨਾਂ ਨੇ ਉਹਨੂੰ ਫੋਟੋ ਸਟੈਟ ਕੱਢ ਕੇ ਦੇ ਦਿੱਤੀ ਟਿਕਟ ਦੀ। ਉਹ ਮਤਲਬ ਟਿਕਟ ਕੁਲੈਕਟਰ ਪੁੱਛਦਾ ਹੈ ਕਿ ਯਾਰ ਇਹ ਕੀ ਹੈ ਵੀ ਫੋਟੋ ਸਟੈਟ? ਉਹ ਕਹਿੰਦਾ ਜੀ ਮੈਂ ਇਸ ਕਰਕੇ ਫੋਟੋ ਸਟੈਟ ਕਰਾ ਲਿਆ ਸੀ ਵੀ ਟਿਕਟ ਗੁੰਮ ਹੀ ਨਾ ਹੋ ਜਾਵੇ ਕਿਤੇ। ਉਹ ਕਹਿੰਦਾ ਜੇ ਇਹ ਵੀ ਗੁੰਮ ਹੋ ਜਾਵੇ ਫਿਰ? ਕਹਿੰਦਾ ਫਿਰ ਪਾਸ ਕਾਹਦੇ ਲਈ ਬਣਵਾਇਆ ਹੋਇਆ ਆਪਾਂ ਨੇ? ਸੋ ਇਹ ਲੋਕ ਬੇਸਿਕਲੀ ਜਿਹੜੀ ਏ ਪਲੈਨ, ਬੀ ਪਲੈਨ, ਸੀ ਪਲੈਨ ਬਣਾ ਕੇ ਚੱਲਦੇ ਨੇ ਅਸਲ ਦੇ ਵਿੱਚ, ਕਿ ਪਹਿਲਾਂ ਇੱਕ ਪਾਰਟੀ ਜੁਆਇਨ ਕਰ ਲਓ, ਫਿਰ ਦੂਜੀ ਕਰ ਲਓ, ਫਿਰ ਤੀਜੀ ਕਰ ਲਓ, ਫਿਰ ਵਾਪਸ ਆ ਜਾਓ, ਫਿਰ ਚਲੇ ਜਾਓ। ਇਹ ਮੈਨੂੰ ਮੈਨੂੰ ਵਾਪਸ ਆਉਣ ਦਾ ਚੱਕਰ ਨਹੀਂ ਲੱਗ ਰਿਹਾ ਡਾਕਟਰ ਸਾਹਿਬ, ਕਿਉਂਕਿ ਜੋ ਪਲੈਨਿੰਗ ਹੈ ਨਾ, ਦੇਖੋ ਬਹੁਤ ਸਾਰੇ ਲੋਕ ਸੋਚ ਰਹੇ ਆ ਕਿ ਸ਼ਾਇਦ ਜਿਹੜੇ ਉਹ ਵਾਪਸ ਆ ਰਹੇ ਹੁਣ ਭਾਜਪਾ ਛੱਡ ਕੇ, ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਭਾਜਪਾ ਦੇ ਵਿੱਚ ਹਾਂ ਜਾਂ ਨਹੀਂ ਹਾਂ, ਕਹਿੰਦੇ ਹਲੇ ਮੈਂ ਜਵਾਬ ਨਹੀਂ ਦੇ ਸਕਦਾ। ਯਾਨੀ ਕਿ ਲੋਕਾਂ ਨੂੰ ਪਹਿਲਾਂ ਬੁੱਧੂ ਬਣਾਇਆ ਸ਼੍ਰੀ ਰੰਗਰਾਲ ਨੇ, ਹੁਣ ਪੱਤਰਕਾਰਾਂ ਨੂੰ ਅਤੇ ਆਮ ਲੋਕਾਂ ਨੂੰ ਫਿਰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਇਹ ਸੀਗਾ ਕਿ ਜੇ ਜ਼ਿਮਨੀ ਚੋਣ ਹੁੰਦੀ ਆ ਤਾਂ ਜ਼ਿਮਨੀ ਚੋਣ ਦੇ ਵਿੱਚ ਮੈਂ ਜਿਹੜਾ ਉਹ ਜਿੱਤ ਜੂੰਗਾ ਜੇ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਈ। ਪਹਿਲਾਂ ਉਹਨਾਂ ਨੇ ਇਹ ਭਰ ਭੁਲੇਖਾ ਸੀ, ਤਾਂ ਹੁਣ ਉਹਨਾਂ ਨੇ ਜ਼ਿਮਨੀ ਚੋਣ ਜਿਹੜੀ ਉਹ ਕਰਾਈ ਨੇ, ਉਹ ਹੁਣ ਜਿਹੜੀ ਅੱਗੇ ਜੇ ਕੋਈ ਜਿੱਤਦੇ ਆ, ਜਿਵੇਂ 5 ਮੰਤਰੀ ਖੜ੍ਹੇ ਆ, ਕਈ MLA ਖੜ੍ਹੇ ਆ, ਤਾਂ ਉਹਨਾਂ ਦੇ ਵਿੱਚੋਂ ਜੇ ਕੋਈ ਜਿੱਤਦਾ ਤਾਂ ਫਿਰ ਜ਼ਿਮਨੀ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਣੀਆਂ ਹੀ, ਉਹਨਾਂ ਨੇ ਸੋਚਿਆ ਹੋਣਾ ਕਿ ਇਕੱਠੀਆਂ ਕਰਾ ਲਾਂਗੇ। ਅਤੇ ਹੁਣ ਰਿੰਕੂ ਸਾਹਿਬ ਉਹਨਾਂ ਦੇ ਇਹ ਮਨ ਦੇ ਵਿੱਚ ਆਇਆ ਅਤੇ ਜੇ ਸਰਕਾਰ ਨੇ ਜ਼ਿਮਨੀ ਚੋਣ ਕਰਾਈ ਤਾਂ ਅਸੀਂ ਤਾਂ ਜਿੱਤ ਨਹੀਂ ਸਕਾਂਗੇ, ਮਾਫ ਕਰਨਾ ਸ਼ੀਤਲ ਅੰਗਰਾਲ ਦੇ ਇਹ ਆਇਆ ਮਨ ਦੇ ਵਿੱਚ ਵੀ ਜੇ ਚੋਣ ਹੁੰਦੀ ਆ ਤਾਂ ਅਸੀਂ ਜਿੱਤ ਨਹੀਂ ਸਕਾਂਗੇ। ਹੁਣ ਉਹ ਚੁਸਤੀ ਆ, ਉਹ ਘੋਟ ਰਹੇ ਆ ਕਿ ਮੈਂ ਅਸਤੀਫਾ ਵਾਪਸ ਲੈ ਲਾਂ, ਲੋਕਾਂ ਨੂੰ ਸ਼ੋਅ ਨਾ ਕਰਾਂ ਕਿ ਮੈਂ ਭਾਜਪਾ ਦੇ ਵਿੱਚ ਹਾਂ, ਅਤੇ ਇੱਧਰ ਫਿਰ ਕੀ ਕਹਿੰਦੇ ਹੁੰਦੇ ਆ ਕਿ ਮੈਂ ਕਹੀ ਜਾਵਾਂ ਕਿ ਮੈਂ ਪਾਰਟੀ ਦੇ ਵਿੱਚ ਹੀ ਹਾਂ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਚੱਲੀ ਜਾਣ, ਅਤੇ ਜੇ ਮੈਨੂੰ ਕੱਢਦੇ ਵੀ ਆ, ਮੈਨੂੰ ਬਾਹਰ ਵੀ ਕੱਢਦੇ ਆ, ਤਾਂ ਮੇਰੀ ਘੱਟੋ ਘੱਟ MLA-ship ਜਿਹੜੀ ਆ ਉਹ ਬਣੀ ਰਹੇ। ਹੁਣ ਮੂਰਖ ਕਿਹਨੂੰ ਬਣਾਉਂਦੇ ਆ? ਉੱਥੇ ਪ੍ਰੈਸ ਕਾਨਫਰੰਸ ਕੀਤੀ ਮੰਤਰੀਆਂ ਨੇ, ਉੱਥੇ ਫਿਰ ਤੁਸੀਂ ਲੈਟਰਾਂ ਦਿਖਾਈਆਂ ਮੁੱਢਲੀ ਮੈਂਬਰਸ਼ਿਪ ਲੈਂਦਿਆਂ ਦੀਆਂ, ਤਾਂ ਐਂਟੀ ਡਿਫੈਕਸ਼ਨ ਲਾਅ ਦੇ ਤਹਿਤ ਤੁਹਾਨੂੰ ਮੈਂਬਰਸ਼ਿਪ ਤਾਂ ਜਿਹੜੀ ਉਹ ਡਿਸਮਿਸ ਤੁਹਾਡੀ ਹੋਣੀ ਹੋਈ ਹੈ। ਹੁਣ ਉਹ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਠੀਕ ਆ, ਤੁਸੀਂ ਲੋਕਾਂ ਨੂੰ ਬੁੱਧੂ ਬਣਾ ਲਿਆ, ਪੱਤਰਕਾਰਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਓਵਰ ਫੇਅਰ ਕਰ ਰਹੇ ਹੋ, ਕੋਰਟ ਦੇ ਵਿੱਚ ਜਾ ਕੇ ਕੀ ਜਵਾਬ ਦਿਓਗੇ? ਉੱਥੇ ਜਾ ਕੇ ਤਾਂ ਤੁਸੀਂ ਇੱਕ ਵਾਰੀ ਐਂਟੀ ਡਿਫੈਕਸ਼ਨ ਲਾਅ ਤੁਹਾਡੇ 'ਤੇ ਹੋ ਗਿਆ, ਤੁਸੀਂ ਸ਼ਰੇਆਮ ਜਿਹੜੀ ਉਹ ਪਰਚੀ ਦਿਖਾਈ, ਲਓ ਜੀ ਮੈਂ ਮੁੱਢਲੀ ਮੈਂਬਰਸ਼ਿਪ ਲੈ ਰਿਹਾ, ਭਾਜਪਾ ਦੇ ਦਫ਼ਤਰ ਦੇ ਵਿੱਚ ਬਹਿ ਕੇ ਤੁਸੀਂ ਪ੍ਰੈਸ ਕਾਨਫਰੰਸਿਸ ਕਰ ਰਹੇ ਹੋ, ਆਪ ਉੱਥੇ ਬੋਲ ਰਹੇ ਹੈਗੇ ਹੋ, ਤਾਂ ਫਿਰ MLA-ship ਤਾਂ ਤੁਹਾਡੀ ਬਣ ਨਹੀਂ ਸਕਦੀ। ਮੈਨੂੰ ਸਿਰਫ ਇਹ ਮਸਲਾ MLA-ship ਬਚਾਉਣ ਦਾ ਹੀ ਹੈ ਲੱਗ ਰਿਹਾ, ਤਾਂ ਵਾਪਸ ਉਪਸਾਉਣ ਵਾਲਾ ਮਸਲਾ ਨਹੀਂ ਡਾਕਟਰ ਸਾਹਿਬ ਲੱਗ ਰਿਹਾ। ਕਿਵੇਂ ਦੇਖਦੇ ਹੋ ਕਿ ਬਾਜੂ ਇਸ ਤਰੀਕੇ ਦੇ ਨਾਲ? ਇਹ ਤੁਹਾਡੀ ਗੱਲ ਠੀਕ ਹੋ ਸਕਦੀ ਹੈ, ਪਰ ਅਕਸਰ ਉਹ ਕਿਹਾ ਜਾਂਦਾ ਨਾ ਕਿ ਕਹਿੰਦੇ ਕਈ ਜਿਹੜਾ ਬੰਦਾ ਲੋੜ ਤੋਂ ਜ਼ਿਆਦਾ ਚਲਾਕ ਬਣਨ ਦੀ ਕੋਸ਼ਿਸ਼ ਕਰਦਾ ਹੈ ਉਹ ਕਈ ਵਾਰ ਲੋੜ ਤੋਂ ਜ਼ਿਆਦਾ ਮੂਰਖ ਸਾਬਤ ਹੋ ਜਾਂਦਾ ਹੈ। ਬਿਲਕੁਲ ਉਹੀ ਕੰਮ ਹੋ ਰਿਹਾ ਹੈ ਕਿ ਕੋਰਟ ਦੇ ਵਿੱਚ ਅਸੀਂ ਚਲੇ ਜਾਵਾਂਗੇ, ਰਿਲੀਫ ਲੈ ਲਾਂਗੇ, ਲਟਕ ਜਾਵੇ ਉਹ ਜਾਨ, ਅਸਲ ਝਟਕੀ ਹੋਈ ਆ ਉਸੇ ਚੀਜ਼ ਦੇ ਵਿੱਚ, ਪਰ ਉਹ ਤਾਂ ਹੁਣ ਬਚਣੀ ਨਹੀਂ ਹੈ। ਦੇਖੋ ਪਹਿਲਾਂ ਜਦੋਂ ਗਏ ਸੀ ਖੁਸ਼ੀ 'ਚ ਨਹੀਂ ਸੀ ਗਏ, ਕਮਲ ਦਾ ਜਦੋਂ ਲੜ ਫੜਿਆ ਸੀ, ਇਹਨਾਂ ਦੇ ਜਿਹੜੇ ਕੋਈ ਬਿਜ਼ਨਸ ਕੋਈ ਧੰਦੇ ਹੋਣਗੇ, ਜਦੋਂ ED ਦੀਆਂ ਮੁੱਛਾਂ ਦਿਖੀਆਂ ਅਤੇ CBI ਦਿਖੀ, ਤਾਂ ਉਹ ਮਤਲਬ ਉਹ ਡਰਾਉਣੇ ਖਾਬ ਜਿਹੜੇ ਦਿਖੇ, ਉਹਦੇ ਜਾ ਕੇ ਅਸੀਂ ਝੜਦੇ ਕਿ ਪਰਨਾ ਕਲ 'ਚ ਪਾ ਲਿਆ ਅਤੇ ਫੋਟੋਆਂ ਖਿਚਾ ਲਈਆਂ, ਫਿਰ ਬੋਲੇ ਬਹੁਤ ਜ਼ਿਆਦਾ ਆਪਣੀ ਜਿਹੜੀ ਇਹਨਾਂ ਦੀ ਪਾਰਟੀ ਜਿਹਦੇ ਵੱਲੋਂ MLA ਸੀ ਆਮ ਆਦਮੀ ਪਾਰਟੀ ਵੱਲੋਂ, ਉਹਦੇ ਖਿਲਾਫ਼ ਕਿੰਨਾ ਬੋਲੇ, ਮਤਲਬ ਇਹ ਕਿਹਾ ਕਿ ਅਸੀਂ ਹੋਰ ਭੇਦ ਖੋਲਾਂਗੇ, ਹੋਰ ਕਰਾਂਗੇ, ਬੜਾ ਕੁਛ ਕਰਾਂਗੇ।
ਤੇ ਹੁਣ ਇਹ ਹੈ ਕਿ ਥੋੜ੍ਹਾ ਜਿਹਾ ਮੇਰਾ ਖਿਆਲ ਹੈ ਕਿਸੇ ਪਾਸੋਂ ਇਹਨਾਂ ਨੂੰ ਭਿਣਕੀ ਮਿਲ ਗਈ ਹੈ ਕਿ ਜ਼ਰੂਰੀ ਨਹੀਂ ਕਿ ਬੀਜੇਪੀ ਗੌਰਮੈਂਟ ਬਣੇ। ਅਸਲ ਦੇ ਵਿੱਚ ਇਹ ਬਹੁਤ ਸਿਆਸਤਦਾਨ ਨੇ ਜਿਹੜੇ ਬਿਲਕੁਲ ਚਲਾਕ ਚੋਰਿਆਂ ਦੀ ਤਰ੍ਹਾਂ ਹੁੰਦੇ ਨੇ, ਉਹ ਜਹਾਜ਼ ਡੁੱਬਣ ਤੋਂ ਪਹਿਲਾਂ ਹੀ ਛਾਲਾਂ ਮਾਰਨੀਆਂ ਸ਼ੁਰੂ ਕਰਦੇ। ਸੋ ਉਹ ਮਿਸਕੈਲਕੂਲੇਸ਼ਨ ਹੈ ਜਾਂ ਠੀਕ ਕੈਲਕੂਲੇਸ਼ਨ ਹੈ, ਉਹਦੇ 'ਚੋਂ ਇਹ ਰਿਜ਼ਲਟ ਨਿਕਲਿਆ ਕਿ ਮੈਂ ਇਹ ਨਾ ਹੋਵੇ ਵੀ ਪਿਛਲੀ ਕੁੱਤਾ ਲੈ ਜਾਵੇ ਅਤੇ ਅਗਲੀ ਹੱਥ 'ਚ ਨਾ ਆਵੇ, ਉਸ ਦਸ਼ਾ ਦੇ ਵਿੱਚ ਬੈਠੇ। ਔਰ ਉਹਦੇ ਵਿੱਚ ਜਾ ਕੇ ਫਿਰ ਕੋਸ਼ਿਸ਼ ਕੀਤੀ ਹੋਣੀ ਹੈ ਕਿ ਅਸੀਂ ਮਤਲਬ ਅਸਤੀਫਾ ਵਾਪਸ ਹੀ ਲੈ ਲਈਏ। ਅੱਗੇ ਫਿਰ ਸੰਧਵਾ ਸਾਹਿਬ ਸਪੀਕਰ ਨੇ, ਉਹ ਕਹਿੰਦੇ ਅਸਤੀਫਾ ਤਾਂ ਪਹਿਲਾਂ ਹੀ ਮਨਜ਼ੂਰ ਹੋ ਗਿਆ ਸੀ। ਅੱਜ ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਬੜੀ ਦਿਲਚਸਪ ਹੈ। ਅੱਜ ਉਹਨਾਂ ਨੇ ਇਹਨੂੰ ਬੁਲਾਇਆ ਸੀ, ਜਦੋਂ ਬੁਲਾਇਆ ਸੀ ਤਾਂ ਉਹ ਆਪ ਨਹੀਂ ਮਿਲ ਸਕੇ, ਉਹਨਾਂ ਦੇ ਸੈਕਟਰੀ ਮਿਲੇ ਅਤੇ ਹੁਣ 11 ਤਰੀਕ ਨੂੰ ਬੁਲਾ ਲਿਆ। ਉਹ ਵੀ ਅਸਲ ਦੇ ਵਿੱਚ ਮੇਰਾ ਖਿਆਲ ਦੇ ਵਿੱਚ ਪੂਰਾ ਜਿਸ ਤਰ੍ਹਾਂ ਦੀ ਖੇਡ ਇਹ ਖੇਡ ਰਹੇ ਨੇ, ਉਸ ਤਰ੍ਹਾਂ ਦੀ ਉਹ ਖੇਡ ਰਹੇ ਨੇ ਕਿ ਭਾਈ ਤੂੰ ਜੋ ਕਰਨਾ ਸੀ ਕਰ ਲਿਆ, ਹੁਣ ਤੇਰਾ ਮਤਲਬ ਅਸੀਂ ਆਪਣੇ ਤਰੀਕੇ ਦੇ ਨਾਲ ਦੇਖਾਂਗੇ ਤੈਨੂੰ ਕਿੰਨਾ ਕਿੱਥੇ ਕੁ ਰੱਖਣਾ ਹੈ ਉਸ ਹਿਸਾਬ ਦੇ ਨਾਲ। ਪਰ ਇੱਕ ਗੱਲ ਕਲੀਅਰ ਹੈ, ਤੁਹਾਡੀ ਗੱਲ ਠੀਕ ਹੈ ਕਿ ਇਹ ਮੂਰਖਾਂ ਵਾਲੀ ਗੱਲ ਹੈ, ਮਤਲਬ ਟਿਕਟ ਵੀ ਕਟਾ ਲਈ ਹੈ, ਫੋਟੋ ਸਟੈਟ ਵੀ ਕਰਾ ਲਈ ਅਤੇ ਪਾਸ ਵੀ ਬਣਾਈ ਫਿਰਦੇ ਨੇ, ਚੱਲਣੀਆਂ ਤਿੰਨਾਂ 'ਚੋਂ ਕੋਈ ਗੱਲ ਨਹੀਂ। ਪਹਿਲਾਂ ਕਹਿੰਦੇ ਸੀ ਜੇ ਨਾ ਮਨਜ਼ੂਰ ਕਰਿਆ ਮੈਂ ਕੋਰਟ 'ਚ ਚਲੇ ਜਾਊਂ, ਹੁਣ ਜੇ ਮਨਜ਼ੂਰ ਕਰ ਲਿਆ ਤਾਂ ਮੈਂ ਕੋਰਟ 'ਚ ਚਲੇ ਜਾਊਂ, ਜਿਵੇਂ ਕੋਰਟ ਵਿਹਲੀ ਬੈਠੀ ਹੁੰਦੀ ਹੈ ਇਸੇ ਕੰਮ ਦੇ ਉੱਤੇ। ਨਾਲੇ ਕੋਰਟ ਦੇ ਵਿੱਚ ਦੱਸੋਗੇ ਕੀ, ਦੱਸੋਗੇ ਕੀ? ਉਹ ਤਾਂ ਜਾ ਕੇ ਤੁਸੀਂ ਸ਼ਰੇਆਮ ਪਾਰਟੀ ਜੁਆਇਨ ਕਰ ਲਈ ਹੈ, ਜਦੋਂ ਪਾਰਟੀ ਜੁਆਇਨ ਕਰ ਲਈ ਤਾਂ ਫਿਰ ਐਂਟੀ ਡਿਫੈਕਸ਼ਨ ਲਾਅ ਜਿਹੜਾ ਤੁਹਾਡੇ ਤੇ ਲਾਗੂ ਹੋਣਾ ਹੈ, ਫਿਰ ਅਸਤੀਫਾ ਦਿਓ ਚਾਹੇ ਨਾ ਦਿਓ, ਫਿਰ ਤਾਂ ਤੁਹਾਡੀ ਮੈਂਬਰਸ਼ਿਪ ਜਿਹੜੀ ਰੱਦ ਹੋਣੀ ਹੋਣੀ ਹੈ। ਨਹੀਂ ਹੁਣ ਤਾਂ ਐਂਟੀ ਡਿਫੈਕਸ਼ਨ ਹੋਣਾ ਹੀ ਨਹੀਂ ਨਾ, ਤੁਸੀਂ ਰਿਜ਼ਾਈਨ ਕਰਤਾ, ਰਿਜ਼ਾਈਨ ਐਕਸੈਪਟ ਹੋ ਗਿਆ, ਹੁਣ ਤੁਸੀਂ ਰਿਜ਼ਾਈਨ ਵਾਪਸ ਲੈਣ ਦੀ ਤਾਂ ਐਕਸੈਪਟ ਹੋਣ ਤੋਂ ਬਾਅਦ ਤਾਂ ਕੋਈ ਪ੍ਰੋਵੀਜ਼ਨ ਨਹੀਂ। ਪਰ ਕਿਤੇ ਨਾ ਕਿਤੇ ਚਾਲ ਥੋੜ੍ਹੀ ਜਿਹੀ ਮੈਨੂੰ ਉਹਨਾਂ ਦੀ ਵੀ ਲੱਗ ਰਹੀ ਹੈ, ਕਿਉਂਕਿ ਜੇ ਤੁਸੀਂ ਪਹਿਲੀ ਤਾਂ ਗੱਲ ਆ ਵੀ ਇੰਨਾ ਟਾਈਮ ਹੋ ਗਿਆ ਉਹ ਉਹਨਾਂ ਨੂੰ ਬੀਜੇਪੀ ਵੀ ਜੁਆਇਨ ਕਰ ਲਈ ਹੈ, ਸਾਰਾ ਕੁਝ ਉਹਨਾਂ ਨੇ ਕਰ ਲਿਆ ਹੈ, ਉਹ ਪ੍ਰਚਾਰ ਵੀ ਤੁਹਾਡੇ ਖਿਲਾਫ਼ ਕਰ ਰਿਹਾ, ਤੁਹਾਨੂੰ ਗਾਲਾਂ ਵੀ ਕੱਢੀ ਜਾ ਰਹੇ ਆ, ਮਤਲਬ ਤੁਸੀਂ 30 ਮਈ ਤੱਕ ਇੰਤਜ਼ਾਰ ਕਰ ਰਹੇ ਹੋ ਉਹਦਾ ਅਸਤੀਫਾ ਮਨਜ਼ੂਰ ਕਰਨ ਦਾ, ਇਹ ਵੀ ਡਾਕਟਰ ਸਾਹਿਬ ਇੱਕ ਬਹੁਤ ਵੱਡੀ ਗੱਲ ਹੈ। ਅਤੇ ਦੇਖੋ ਹੈ, ਅਸਤੀਫਾ ਤੁਸੀਂ ਮਨਜ਼ੂਰ ਕਰਦਾ 30 ਮਈ ਤੱਕ ਦਾ ਇੰਤਜ਼ਾਰ ਜਿਹੜਾ ਕਰ ਰਹੇ ਹੈਗੇ ਹੋ, ਦੂਜੇ ਬੰਨੇ ਫਿਰ ਤੁਸੀਂ ਜੇ ਉਹਨੇ ਅੱਜ ਲੈਟਰ ਲਿਖਤੀ ਕਿ ਭਾਈ ਮੇਰਾ ਅਸਤੀਫਾ ਵਾਪਸ ਦਿਓ, ਫਿਰ ਤੁਸੀਂ ਦੱਸ ਰਹੇ ਹੋ, ਫਿਰ ਲੋਕਾਂ ਨੂੰ ਦੱਸ ਕੇ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਭਾਈ ਪਹਿਲਾਂ ਮਨਜ਼ੂਰ ਨਹੀਂ ਸੀ ਕੀਤਾ, ਹੁਣ ਬੈਕ ਡੇਟ ਦੇ ਵਿੱਚ ਕਰ ਲਿਆ ਹੋਣਾ। ਬਿਲਕੁਲ ਬਿਲਕੁਲ, ਇਹ ਤਾਂ ਗੱਲ ਠੀਕ ਹੈ। ਦੇਖੋ ਪਤਾ ਕੀ ਹੈ, ਆਪਾਂ ਨੂੰ ਤਾਂ ਸਾਹਮਣੇ ਰਾਮਲੀਲਾ ਦਿਖਦੀ ਹੈ ਨਾ ਸਟੇਜ ਦੇ ਉੱਪਰ, ਉਹਦੇ ਪਿੱਛੇ ਕੀ ਕੁਛ ਕੀਤਾ ਜਾਂਦਾ ਹੈ, ਕਿਵੇਂ ਕੀਤਾ ਜਾਂਦਾ। ਆਪਾਂ ਦੇਖਿਆ ਸੀ ਨਾ ਸੰਗਲ ਉੱਤੇ ਜਿੰਦਾ ਲੈ ਕੇ ਆਏ ਸੀਗੇ ਚੱਬੇਵਾਲ ਸਾਹਿਬ, ਤੇ ਮਾਨ ਸਾਹਿਬ ਉੱਤੇ ਕਹਿ ਰਹੇ ਸੀ ਵੀ ਕੋਈ ਨੀ ਤੂੰ 2-4 ਦਿਨ ਤੱਕ ਦੇਖੀ ਤੂੰ ਹਟ ਜਾਏਗਾ, 2-4 ਦਿਨ ਤੱਕ ਵੀ ਆਪਾਂ ਨੂੰ ਪਤਾ ਹੈ ਨਾ ਵੀ ਕੀ ਹੋਇਆ, ਕਿਉਂਕਿ ਪਿੱਛੇ ਜਿਹੜੀਆਂ ਫਾਈਲਾਂ ਚੱਲਦੀਆਂ ਨੇ, ਪਿੱਛੇ ਜਿਹੜੇ ਮਤਲਬ ਗੁਫ਼ਤਗੂਆਂ ਹੁੰਦੀਆਂ ਨੇ, ਉਹ ਵੀ ਤਾਂ ਚੱਲ ਰਹੀਆਂ ਹੋਣਗੀਆਂ ਜਦੋਂ ਅਸਤੀਫਾ ਦੇ ਵੀ ਦਿੱਤਾ ਸੀ। ਆਪਾਂ ਨੂੰ ਪਤਾ ਹੀ ਹੈ ਇਸ ਗੱਲ ਦਾ ਕਿ ਅੰਦਰੋਂ ਅੰਦਰ ਹੀ ਕੁਛ ਨਾ ਕੁਛ ਚੱਲ ਰਿਹਾ ਹੋਣਾ, 30 ਮਈ ਤੱਕ ਤਾਂ ਉਡੀਕਣ ਦੀ ਜ਼ਰੂਰਤ ਨਹੀਂ ਸੀ ਉਸ ਟਾਈਮ। ਔਰ ਉਹਨਾਂ ਸਮਾਂ ਉਹ ਬਿਲਕੁਲ ਖਿਲਾਫ਼ ਬੋਲ ਰਹੇ ਸੀ, ਕਨਵੈਸਿੰਗ ਕਰ ਰਹੇ ਸੀ ਉਹਦੀ ਪਾਰਟੀ ਦੇ ਖਿਲਾਫ਼। ਸੋ ਇਹ ਜਵਾਬ ਤਾਂ ਮੇਰਾ ਖਿਆਲ ਹੈ ਸੰਧਵਾ ਸਾਹਿਬ ਜਾਂ ਆਮ ਆਦਮੀ ਪਾਰਟੀ ਨੂੰ ਵੀ ਦੇਣਾ ਪਊਗਾ ਕਿ ਜਦੋਂ ਤੁਹਾਨੂੰ ਛੱਡ ਕੇ ਹੋਰ ਪਾਰਟੀ ਜੁਆਇਨ ਕਰ ਲਈ ਹੈ ਕਿਸੇ ਬੰਦੇ ਨੇ, ਉਸੇ ਦਿਨ ਉਹਨੇ ਮੈਂਬਰਸ਼ਿਪ ਉਹਨਾਂ ਦੀ ਲੈ ਲਈ ਔਰ ਤੁਹਾਡੀ ਛੱਡ ਦਿੱਤੀ ਹੈ, ਤੁਸੀਂ ਅਸਤੀਫਾ ਕਿਉਂ ਨਹੀਂ ਮਨਜ਼ੂਰ ਕਰਕੇ ਪਾਸੇ ਕੀਤਾ, ਇਸ ਗੱਲ ਨੂੰ ਕਾਗਜ਼ੀ ਕਾਰਵਾਈ ਕਿਉਂ ਨਹੀਂ ਕੀਤੀ। ਪਰ ਚਲੋ ਉਹਨਾਂ ਨੇ ਲੇਟ ਕਰੀ, ਭੁੱਲ ਗਏ ਹੋਣਗੇ, ਸਰਕਾਰ ਨੂੰ ਹੋਰ ਬੜੇ ਕੰਮ ਹੁੰਦੇ ਨੇ, ਵੈਸੇ ਵੀ ਕੱਟੜ ਇਮਾਨਦਾਰ ਸਰਕਾਰ ਹੋਣ ਕਰਕੇ ਉਹਨਾਂ ਨੂੰ ਬੜਾ ਦੇਖਣਾ ਪੈਂਦਾ ਹਿਸਾਬ ਕਿਤਾਬ। ਸੋ ਉਹ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਇਹ ਜਵਾਬ ਉਹਨਾਂ ਨੂੰ ਵੀ ਦੇਣਾ ਪੈਣਾ, ਪਰ ਉਹਨਾਂ ਦਾ ਕਸੂਰ ਕੋਈ ਨਹੀਂ, ਇਹਨਾਂ ਨੇ ਅਸਤੀਫਾ ਦੇ ਦਿੱਤਾ, ਉਹਨਾਂ ਨੇ ਚਲੋ ਲੇਟ ਮਨਜ਼ੂਰ ਕਰ ਲਿਆ ਬੇਸ਼ੱਕ, ਪਰ ਹੁਣ ਉਹ ਮੇਰਾ ਖਿਆਲ ਇਹ ਹੈ ਕਿ ਇਹਨਾਂ ਨੂੰ ਰੋਲਣ ਦੇ ਮੂਡ 'ਚ ਨੇ, ਅਤੇ ਇਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਕਿੱਧਰ ਜਾਣ ਜਾਂ ਕਿੱਧਰ ਨਾ ਜਾਣ। ਕੱਲ੍ਹ ਨੂੰ 10 ਵਜੇ ਤੋਂ ਬਾਅਦ ਅਸਲ ਦੇ ਵਿੱਚ ਰੰਗ ਰੂਪ ਬਦਲੂਗਾ ਅਤੇ ਉਹ ਤੋਂ ਬਾਅਦ ਸਮਝ ਆਊਗੀ।
ਬਈ ਕਾਂਗਰਸ ਤਾਂ ਨਹੀਂ ਕਿਤੇ ਜਾਣ ਦਾ ਇਰਾਦਾ, ਇਹ ਵੀ ਸਮਝ ਆ ਹਾਂ ਸਕਦੀ ਹੈ। ਹਾਂ ਕੋਈ ਪਤਾ ਨਹੀਂ, ਕੋਈ ਬਿਲਕੁਲ ਬਿਲਕੁਲ। ਚਲੋ ਅਗਲੀ ਖਬਰ ਡਾਕਟਰ ਸਾਹਿਬ ਲੈ ਲੈਂਦੇ ਹਾਂ, ਬਹੁਤ ਅਹਿਮ ਖਬਰ ਹੈ। ਦੇਖੋ ਇੰਤਜ਼ਾਰ ਨਹੀਂ ਲੋਕਾਂ ਤੋਂ ਡਾਕਟਰ ਸਾਹਿਬ ਹੋ ਰਿਹਾ, ਵੀ 10 ਕੁ ਘੰਟੇ ਰਹਿ ਗਏ, ਇੰਤਜ਼ਾਰ ਕਰ ਲਈਏ, ਸੌਂ ਕੇ ਕੱਢਣੀ ਆ, ਉੱਠਦਿਆਂ ਨੂੰ ਤਾਂ ਰਿਜ਼ਲਟ ਸ਼ੁਰੂ ਹੋ ਜਾਣੇ ਆ। ਪਰ ਨਹੀਂ, ਲੋਕ ਦੇਖੋ ਐਕਸਾਈਟਮੈਂਟ ਬਹੁਤ ਆ, ਸਾਡੇ 'ਚ ਆਪਣੇ 'ਚ ਬਹੁਤ ਆ, ਬਹੁਤ ਸਾਰੇ ਲੋਕਾਂ ਦੇ ਵਿੱਚ ਹੈ ਜਿਹੜਾ ਵੀ ਫੋਨ ਕਰਕੇ ਪੁੱਛ ਰਿਹਾ। ਹੁਣ ਸਥਿਤੀਆਂ ਇਹੋ ਜਿਹੀਆਂ ਬਣੀਆਂ ਡਾਕਟਰ ਸਾਹਿਬ, ਨਹੀਂ ਸਮਝ ਆ ਰਿਹਾ ਆਪਾਂ ਨੂੰ। ਬੇਸ਼ੱਕ ਪੂਰਾ ਪੰਜਾਬ ਕਵਰ ਕੀਤਾ ਹੈ, ਚਲੋ ਦੇਸ਼ ਕਿੱਥੇ ਸਮਝ ਆਉਣਾ, ਜਿਹੜੀਆਂ ਸੀਟਾਂ ਅਸੀਂ ਖੁਦ ਕਵਰ ਕੀਤੀਆਂ ਨੇ ਉਹਨਾਂ ਦੀ ਸਮਝ ਜਿਹੜੀ ਆ ਉਹ ਨਹੀਂ ਆ ਰਹੀ। ਚਲੋ ਤਾਂ ਫਿਰ ਉੱਧਰ ਦੂਜੇ ਪਾਸੇ ਪਾਰਟੀਆਂ ਦੀ ਵੀ ਧੜਕਣਾ ਜਿਹੜੀਆਂ ਉਹ ਬਹੁਤ ਵਧੀਆ ਹੋਈਆਂ ਨੇ। ਇੱਕ ਪਾਸੇ ਹਾਈ ਲੈਵਲ ਦੀ ਮੀਟਿੰਗ ਕਾਂਗਰਸ ਦੀ ਵੀ ਹੋਈ ਹੈ, ਉਹਨਾਂ ਨੇ ਆਪਣੇ ਵਰਚੁਅਲ ਮੀਟਿੰਗ ਕੀਤੀ ਰਾਹੁਲ ਗਾਂਧੀ ਹੋਰਾਂ ਨੇ, ਉਹ ਕਹਿੰਦੇ ਕਿ ਭਾਈ ਤੁਸੀਂ ਹਰ ਸੰਭਵ ਕੋਸ਼ਿਸ਼ ਜਿਹੜੀ ਕਰਨੀ ਹੈ ਵਿਰੋਧੀਆਂ ਦੀ ਚਾਲ ਨੂੰ ਰੋਕਣ ਦੀ, ਜੇ ਉੱਥੇ ਹੁੰਦੀ ਹੋਈ ਤਾਂ ਤੁਸੀਂ ਹਰ ਸੰਭਵ ਕੋਸ਼ਿਸ਼ ਜਿਹੜੀ ਕਰਨੀ ਹੈ, ਸਾਡੀ ਸਰਕਾਰ ਕਹਿੰਦੇ ਬਣ ਰਹੀ ਹੈਗੀ ਹੈ। ਔਰ ਦੂਜੇ ਪਾਸੇ ਹਾਈ ਲੈਵਲ ਦੀ ਮੀਟਿੰਗ ਜਿਹੜੀ ਅਮਿਤ ਸ਼ਾਹ ਹੋਣਾ ਦੀ, ਜੇਪੀ ਨੱਡਾ ਹੋਣਾ ਦੀ ਵੀ ਹੋਈ ਹੈ, ਕਿਵੇਂ ਦੇਖਦੇ ਹੋ, ਕੀ ਰਣਨੀਤੀਆਂ ਚੱਲ ਰਹੀਆਂ ਨੇ? ਦੇਖੋ ਰਣਨੀਤੀ ਤਾਂ ਬੜੀ ਕਲੀਅਰ ਹੀ ਹੈ ਕਿ ਜਿਸ ਤਰ੍ਹਾਂ ਐਗਜ਼ਿਟ ਪੋਲ ਆਏ ਨੇ, ਐਗਜ਼ਿਟ ਪੋਲ ਤੋਂ ਬਾਅਦ ਉਹਨਾਂ ਦਾ ਅਪੋਜੀਸ਼ਨ ਦਾ ਰਿਐਕਸ਼ਨ ਆਇਆ ਕਿ ਝੂਠੇ ਨੇ ਬਿਲਕੁਲ, ਅਤੇ ਨਾਲ ਦੀ ਨਾਲ ਉਹਨਾਂ ਨੇ ਬੜੇ ਥਰੈਟਨਿੰਗ ਤਰੀਕੇ ਦੇ ਨਾਲ ਦੱਸਿਆ ਵੀ ਇਸ ਤਰ੍ਹਾਂ ਟੈਲੀਫੋਨ ਚੱਲ ਰਹੇ ਨੇ, DMs ਨੂੰ ਡਰਾਇਆ ਜਾ ਰਿਹਾ, ਦੋਨੇ ਫੌਜਾਂ ਆਪਣੇ ਪੂਰੇ ਸਰਗਰਮੀ ਦੇ ਵਿੱਚ ਨੇ। ਪਰ ਜਿਹੜੀ ਮੀਟਿੰਗ ਹੋਈ ਹੈ ਤਾਂ PM ਸਾਹਿਬ ਨੇ ਤਾਂ ਕਿਹਾ ਕਿ ਮੀਟਿੰਗ ਕਿਉਂਕਿ ਹੀਟ ਵੇਵ ਚੱਲ ਰਹੀ ਹੈ, ਲੋਕਾਂ ਦੀ ਗਰਮੀ ਉਹਨਾਂ ਨੂੰ ਮਹਿਸੂਸ ਹੋਈ ਜਦੋਂ ਕੰਨਿਆ ਕੁਮਾਰੀ ਤਪੱਸਿਆ ਕਰਨ ਗਏ ਤਾਂ ਉੱਥੇ ਉਹਨਾਂ ਨੂੰ ਉਹਨਾਂ ਦੀ ਅੰਤਰਾਤਮਾ ਤੋਂ ਆਵਾਜ਼ ਆਈ, ਉਹਨਾਂ ਨੇ ਲੋਕਾਂ ਦਾ ਕਿਹਾ ਕਿ ਲੋਕ ਮਰ ਰਹੇ ਨੇ ਗਰਮੀ ਨਾਲ, ਇਹਦਾ ਇਲਾਜ ਕੀਤਾ ਜਾਵੇ। ਪਰ ਐਸੀ ਕੋਈ ਗੱਲ ਨਹੀਂ, ਗਰਮੀ ਇਲੈਕਸ਼ਨਾਂ ਦੀ ਹੋਈ ਹੈ, ਗਰਮੀ ਰਿਜ਼ਲਟ ਦੀ ਹੋਈ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਪ੍ਰੈਸ ਕਾਨਫਰੰਸ ਕਰਕੇ ਅਪੋਜੀਸ਼ਨ ਨੂੰ ਇੱਦਾਂ ਕਹਿ ਰਿਹਾ ਕਿ ਅਪੋਜੀਸ਼ਨ ਨੂੰ ਮਤਲਬ ਖਰਾਬ ਕਰ ਰਹੀ ਹੈ, ਜਵਾਬ ਦੇਵੇ। ਇਲੈਕਸ਼ਨ ਕਮਿਸ਼ਨ ਦੀ ਅਪੋਜੀਸ਼ਨ ਕਿਹੜੀ ਹੁੰਦੀ ਹੈ ਮੈਨੂੰ ਪਹਿਲੀ ਵਾਰੀ ਸਮਝ ਆਈ ਹੈ ਕਿ ਜਿਵੇਂ ਉਹ ਗੌਰਮੈਂਟ ਹੁੰਦਾ ਅਤੇ ਉਹਦੇ ਅੱਗੇ ਅਪੋਜੀਸ਼ਨ ਹੁੰਦੀ ਹੈ। ਇਹ ਬਿਲਕੁਲ ਨਵੇਂ ਕੀਰਤੀਮਾਨ ਸਥਾਪਿਤ ਆਪਣੇ ਸਾਹਮਣੇ ਹੋ ਰਹੇ ਹੈ। ਅਸਲ ਦੇ ਵਿੱਚ ਅੰਦਰੋਂ ਅੰਦਰੀ ਗੱਲ ਇਹ ਹੈ ਕਿ ਐਗਜ਼ਿਟ ਪੋਲ ਵੀ ਪ੍ਰੋਪੇਗੰਡੇ ਦਾ ਹਿੱਸਾ ਸੀ। ਇਹ ਡਰ ਹੈਗਾ ਕਿ ਰਿਜ਼ਲਟ ਕਿਤੇ ਹੋਰ ਕਿਸਮ ਦੇ ਨਾ ਆ ਜਾਣ, ਸਾਡੀ ਇੱਛਾ ਦੇ ਖਿਲਾਫ ਨਾ ਆ ਜਾਣ। ਜਿਹੜਾ ਪੰਜਾਬੀ ਦੇ ਵਿੱਚ ਇੱਕ ਬਹੁਤ ਲਫ਼ਜ਼ ਵੈਸੇ ਇੱਥੇ ਵਰਤਣਾ ਨਹੀਂ ਚਾਹੀਦਾ, ਵਰਤਿਆ ਜਾਂਦਾ ਵੀ ਨਾ ਖੇਡਣਾ, ਨਾ ਖੇਡਣ ਦੇਣਾ, ਗੁੱਤੀ ਚਮੋਤਣਾ। ਜੇ ਜੇ BJP ਹਾਰ ਜਾਂਦੀ ਹੈ ਤਾਂ ਪੋਜੀਸ਼ਨ ਇਹ ਬਣ ਰਹੀ ਹੈ ਕਿ ਮੇਰਾ ਖਿਆਲ ਹੈ ਕਿ ਸਮੂਥ ਟ੍ਰਾਂਸਫਰ ਆਫ ਪਾਵਰ ਨਹੀਂ ਹੋਣੀ। ਮਤਲਬ ਇਹ ਹੈ ਕਿ ਉਹ ਪਹਿਲੀ ਗੱਲ ਤਾਂ ਇਹ ਛੇਤੀ ਕਿਤੇ ਹਾਰਦੇ ਨਹੀਂ ਜਿੱਦਾਂ ਦਾ ਲੱਗ ਰਿਹਾ ਹਿਸਾਬ ਕਿਤਾਬ, ਪਰ ਜੇ ਥਿਨ ਮੈਜੋਰਟੀ ਆ ਜਾਂਦੀ ਹੈ ਜਾਂ ਦੂਜਿਆਂ ਦੀ ਹੈਲਪ ਲੈਣ ਦੀ ਲੋੜ ਪੈਂਦੀ ਹੈ ਜਾਂ ਇੱਧਰੋਂ ਉੱਧਰੋਂ MP ਫੜਨੇ ਪੈਂਦੇ ਨੇ, ਤਾਂ ਮੇਰਾ ਖਿਆਲ ਇਹ ਹੈ ਕਿ ਹਾਲਾਤ ਕਾਫੀ ਟੈਂਸ਼ਨ ਵਾਲੇ ਲੱਗ ਰਹੀ ਹੈ। ਪਰ ਸਾਰੀਆਂ ਪਾਰਟੀਆਂ ਦੀ, ਮਤਲਬ ਸਾਰੀ ਪਾਰਟੀਆਂ ਦੀ ਹਾਲਤ ਪਤਲੀ ਹੈ ਇੱਕ ਹਿਸਾਬ ਦੇ ਨਾਲ। ਮੀਡੀਆ ਦੇ ਵਿੱਚ ਜਿਸ ਤਰ੍ਹਾਂ ਦੀਆਂ ਜਿਹੋ ਜਿਹਾ ਏਜੰਡਾ ਚਲਾਇਆ ਗਿਆ ਮੀਡੀਆ, ਐਗਜ਼ਿਟ ਪੋਲ ਜੇ ਆਪਾਂ ਏਜੰਡਾ ਹੀ ਮੰਨ ਕੇ ਚੱਲੀਏ, ਕਿਉਂਕਿ ਲੋਕ ਕਹਿੰਦੇ ਆ ਕਿ ਇਹ ਏਜੰਡਾ ਚਲਾਇਆ ਗਿਆ, ਜੇ ਆਪਾਂ ਏਜੰਡਾ ਹੀ ਮੰਨ ਕੇ ਚੱਲੀਏ, ਇਹ ਏਜੰਡਾ ਤਾਂ ਹੋ ਸਕਦਾ ਕਿ ਕੋਈ ਧਾਂਦਲੀ ਵੀ ਹੋ ਸਕਦੀ ਹੈ, ਧਾਂਦਲੀ ਦਾ ਖਦਸ਼ਾ ਹੋਵੇ ਕਿ ਰਿਜ਼ਲਟ ਬਦਲੇ ਜਾ ਸਕਣ, ਅਤੇ ਬਾਅਦ 'ਚੋਂ ਲੋਕ ਕਹਿਣ ਕਿ ਨਹੀਂ 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 ਜੀ ਰਿਜ਼ਲਟ ਨਹੀਂ ਬਦਲੇ ਗਏ, ਇਹ ਤਾਂ ਦੇਖੋ ਐਗਜ਼ਿਟ ਪੋਲਾਂ ਦੇ ਵਿੱਚ ਵੀ ਰਿਜ਼ਲਟ ਜਿਹੜੇ BJP ਦੇ ਹੱਕ ਦੇ ਵਿੱਚ ਹੀ ਸੀ। ਓਪੋਜੀਸ਼ਨ ਨੂੰ ਵੀ ਡਰ ਹੈਗਾ ਇੱਕ, ਇਸ ਕਰਕੇ ਐਗਜ਼ਿਟ ਪੋਲ ਨੂੰ ਏਜੰਡਾ ਵੀ ਦੱਸ ਰਹੇ ਆ ਔਰ ਗਲਤ ਵੀ ਦੱਸ ਰਹੇ। ਉਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਇੱਕ ਤਾਂ ਕੁਛ ਕੁ ਐਗਜ਼ਿਟ ਪੋਲ ਮੈਂ ਦੇਖੇ ਜਿਹਨਾਂ 'ਚ ਸਟੇਟ ਦੀਆਂ ਇੰਨੀਆਂ ਸੀਟਾਂ ਦਿਖਾਈਆਂ ਗਈਆਂ ਸੀ ਕਿ ਉਨੀਆਂ ਸੀਟਾਂ ਉਹ ਸਟੇਟ 'ਚ ਹੈ ਹੀ ਨਹੀਂ ਸੀ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਗੱਲ ਇਹ ਹੈਗੀ ਹੈ। ਦੂਜੀ ਚੀਜ਼ ਇਹ ਹੈ ਮੇਰੇ ਖਿਆਲ ਦੇ ਵਿੱਚ ਕਿਸੇ ਹੱਦ ਤੱਕ ਜਿਹੜਾ ਸੱਤਾਧਾਰੀ ਪਾਰਟੀ ਨੂੰ ਵੀ ਡਰ ਲੱਗ ਰਿਹਾ ਹੈ ਕਿ ਅਫਸਰ ਨੇ ਜਿਹੜੇ ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਉਹ ਪਾਲੇ ਬਦਲ ਜਾਂਦੇ ਨੇ, ਉਹਨਾਂ ਨੂੰ ਨਾਲ ਰੱਖਣ ਦੇ ਲਈ ਵੀ ਇਹ ਦਿਖਾਉਣਾ ਬੜਾ ਜ਼ਰੂਰੀ ਹੈ ਕਿ ਅਸੀਂ ਸੱਤਾ ਦੇ ਵਿੱਚ ਹੀ ਹਾਂ, ਅਸੀਂ ਕੁਰਸੀ ਦੇ ਉੱਪਰ ਬੈਠੇ ਹਾਂ, ਕਿਤੇ ਐਵੇਂ ਨਾ ਤੁਸੀਂ ਮਤਲਬ ਦੂਜੇ ਪਾਸੇ ਨੂੰ ਹੋ ਕੇ
ਗਿਣਤੀ ਦੇ ਦੌਰਾਨ ਹੀ ਜਾਂ ਰਿਜ਼ਲਟ ਡਿਕਲੇਅਰ ਕਰਨ ਦੇ ਦੌਰਾਨ ਹੀ ਜਿਹੜਾ ਜਿਹੜਾ ਜੈਰਾਮ ਰਮੇਸ਼ ਨੇ ਕਿਹਾ ਕਿ 150 ਜਿਹੜੇ DM ਨੇ ਉਹਨਾਂ ਨੂੰ ਹੋਮ ਮਿਨਿਸਟਰ ਨੇ ਫੋਨ ਕੀਤੇ, ਪਰ ਫਟਾਫਟ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਕਹਿ ਰਿਹਾ ਕਿ ਅੱਜ 7 ਵਜੇ ਤੱਕ ਤੂੰ ਸਾਨੂੰ ਇਹ ਜਵਾਬ ਦੇ, ਇਹਦਾ ਫੈਕਟ ਦੇ ਦੇ। ਇਹ ਨਵੀਂ ਚੀਜ਼ ਹੈ, ਮਤਲਬ ਇਲੈਕਸ਼ਨ ਕਮਿਸ਼ਨ ਇੱਕ ਪਾਸੇ ਹੀ ਐਕਟਿਵ ਸੀ, ਇੱਦਾਂ ਲੱਗ ਰਿਹਾ ਸੀ ਜਿਵੇਂ ਉਹ ਵੀ ਇਲੈਕਸ਼ਨ ਲੜ ਰਹੇ ਹੋਣ। ਪਰ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਕੀ ਹੋਮ ਮਿਨਿਸਟਰੀ ਦੀਆਂ ਜਿਹੜੀਆਂ ਕਾਲਾਂ ਨੇ ਕੀ ਉਹਨਾਂ ਨੂੰ ਉਹ ਅਲਾਓ ਕਰਨਗੇ ਦੇਖਣ ਦੇ ਲਈ? ਤੁਸੀਂ ਇੱਕ ਬੰਦੇ ਤੋਂ ਮੰਗ ਰਹੇ ਹੋ, ਇੱਕ ਸਿਟੀਜ਼ਨ ਤੋਂ ਜਾਂ ਇੱਕ ਪੋਲੀਟੀਸ਼ੀਅਨ ਤੋਂ ਚੀਜ਼ਾਂ ਮੰਗ ਰਹੇ ਹੋ, ਜੇ ਉਹ ਅੱਗੇ ਕਹਿ ਦੇਵੇ ਕਿ ਹਾਂਜੀ ਮੈਨੂੰ ਤੁਸੀਂ ਕਾਲ ਰਿਕਾਰਡ ਦੇ ਦਿਓ ਕੱਢ ਕੇ, ਜਾਂ ਮੈਨੂੰ ਲੈਣ ਦਾ ਹੱਕ ਦੇ ਦਿਓ, ਮੈਂ ਦੇਖ ਲੈਂਦਾ। ਸੋ ਉਹ ਇਸ ਤਰ੍ਹਾਂ ਮਤਲਬ ਇੰਨਾ ਡਿਫੈਂਸਿਵ ਹੋਣਾ, ਦੇਖੋ ਹੋ ਸਕਦਾ BJP ਦਾ ਬੜਾ ਤਕੜਾ, NDA ਦਾ ਸੀਗਾ, ਕੰਪੇਨ ਬੜੀ ਤਕੜੀ, ਸਾਰਾ ਕੁਛ ਘਟੀਆ ਤੋਂ ਘਟੀਆ ਲੈਵਲ, ਵਧੀਆ ਤੋਂ ਵਧੀਆ ਲੈਵਲ ਸਾਰੇ ਚੱਲੇ, ਪਰ ਉਹਨਾਂ ਦਾ ਇਹ ਜਿਹੜੀਆਂ ਚੀਜ਼ਾਂ ਮੰਗ ਰਹੇ ਆ, ਜਿਹੜੀਆਂ ਸਬੂਤ ਮੰਗਦੇ ਆ, ਉਹ 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 ਸਬੂਤ ਮੰਗਣ ਲੋਕ ਜਿਹੜੇ ਲੋਕਾਂ ਦੇ ਉੱਪਰ ਇਲਜ਼ਾਮ ਲੱਗਿਆ, ਮਤਲਬ ਚੋਣ ਕਮਿਸ਼ਨ ਨੂੰ ਇਹਦੇ ਵਿੱਚ ਆਪਦਾ ਟੰਗ ਫਸਾਉਣ ਦੀ ਕੀ ਲੋੜ ਪਈ ਹੈ? ਮੈਂ ਉਹੀ ਤਾਂ ਗੱਲ ਕਹਿ ਰਿਹਾ ਨਾ ਕਿ ਇਲੈਕਸ਼ਨ ਕਮਿਸ਼ਨ ਆਪਣੇ ਆਪ ਨੂੰ ਇਹ ਡਿਫੈਂਡ ਕਰੇ, ਮਤਲਬ ਇੱਕ ਵੀ ਐਕਸ਼ਨ ਤੁਸੀਂ BJP ਦੇ ਨਹੀਂ ਲੈ ਰਹੇ, ਦੂਜਿਆਂ ਦੇ ਉੱਪਰ ਤੁਸੀਂ ਸਾਰਿਆਂ 'ਤੇ ਐਕਸ਼ਨ ਲੈ ਰਹੇ ਹੋ, ਟੁੱਟ ਟੁੱਟ ਕੇ ਪੈ ਰਹੇ ਉਹਨਾਂ ਨੂੰ, ਮਤਲਬ ਇਹ ਪ੍ਰੂਵ ਕਰਨ ਦੀ ਕੀ ਲੋੜ ਹੈ ਕਿ ਅਸੀਂ ਬਿਲਕੁਲ BJP ਦੇ ਹੀ ਹਾਂ, ਮਤਲਬ NDA ਦੇ ਹੀ ਹਾਂ? ਮਤਲਬ ਇਹ ਇਹ ਜਿਹੜਾ ਡਰ ਹੈ, ਇਹ ਆਪਣੇ ਆਪ ਦੇ ਵਿੱਚ ਇਹ ਸ਼ੋਅ ਕਰ ਰਿਹਾ ਹੈ ਕਿ ਗਰਾਊਂਡ ਸਵੈਲ ਜਿਹੜੀ ਹੈ ਉਹ ਹੱਕ 'ਚ ਨਹੀਂ ਹੈ ਅਸਲ ਦੇ ਵਿੱਚ। ਪਰ ਤੁਸੀਂ ਕਮਾਲ ਦੇਖੋ ਕਿ ਵੈਸਟਰਨ ਮੀਡੀਆ ਜਿਸ ਤਰ੍ਹਾਂ ਚੱਲ ਰਿਹਾ, ਜਿਸ ਤਰੀਕੇ ਦੀਆਂ ਸ਼ਕਤੀਆਂ ਮਤਲਬ ਅੱਗੇ ਪਿੱਛੇ ਹੋ ਰਹੇ ਨੇ, ਉਹਦੇ 'ਚ ਇੱਕ ਗੱਲ ਬੜੀ ਕਲੀਅਰ ਲੱਗਦੀ ਹੈ ਕਿ ਜੇ ਤਾਂ ਕਲੀਅਰ ਕੱਟ ਮੈਂਡੇਟ ਚਲੋ ਆ ਜਾਂਦਾ NDA ਜਾਂ BJP ਦੇ ਹੱਕ 'ਚ, ਇਹਦਾ ਰੌਲਾ ਹੀ ਕੋਈ। ਪਰ ਜੇ ਕਿਤੇ ਉਹਨਾਂ ਦੀ ਥੋੜ੍ਹੀ ਜਿੰਨੀ ਮਤਲਬ ਘੱਟ ਜਾਂਦੀ ਹੈ ਗਿਣਤੀ ਜਾਂ ਹੋਰ ਹੋ ਜਾਂਦਾ ਹੈ, ਤਾਂ ਇਨਸਟੇਬਿਲਿਟੀ ਬੜੀ ਬੁਰੀ ਤਰ੍ਹਾਂ ਹੋਊਗੀ। ਔਰ ਮੈਂ ਵੈਸੇ ਤਾਂ ਜੇ ਪੂਰੀ ਮੈਜੋਰਟੀ ਵੀ ਆ ਗਈ ਤਾਂ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਗੱਲ ਕਿ ਅਸੀਂ ਗਰਾਊਂਡ ਲੈਵਲ 'ਤੇ ਸਾਡਾ ਪੋਲੀਟੀਕਲ ਸਿਸਟਮ, ਸਾਡੀਆਂ ਇੰਸਟੀਟਿਊਸ਼ਨਸ, ਮੀਡੀਆ, ਇਲੈਕਸ਼ਨ ਕਮਿਸ਼ਨ, ਜੁਡੀਸ਼ਰੀ, ਇੰਨੇ ਕੁ ਹਿੱਲ ਚੁੱਕੇ ਨੇ, ਚਾਰੇ ਪਾਵੇ ਤਖ਼ਤ ਦੇ ਹਿੱਲੇ ਹੋਏ ਨੇ, ਸਟੇਬਿਲਿਟੀ ਫਿਰ ਵੀ ਨਹੀਂ ਆਉਣੀ। ਜਿਸ ਇਹ ਮਤਲਬ 400 ਆਪਾਂ ਕਹਿੰਦੇ ਹਾਂ 543 ਨੇ, ਜੇ 550 ਵੀ ਸੀਟਾਂ, 7 ਹੋਰ ਵੀ ਹੈਗੀਆਂ ਜਿਹੜੀਆਂ ਖਾਲੀ ਹੁੰਦੀਆਂ ਨੇ, 550 ਵੀ BJP ਨੂੰ ਦੇ ਦਿਓ ਤਾਂ ਵੀ ਸਟੇਬਿਲਿਟੀ ਨਹੀਂ ਆਉਣੀ, ਕਿਉਂਕਿ ਇਕੋਨੋਮੀ, ਪੋਲਿਟੀ ਅਤੇ ਸੁਸਾਇਟੀ ਇਹ ਤਿੰਨਾਂ ਦੇ ਵਿੱਚ ਬਹੁਤ ਵੱਡੀ ਹਿਲਜੁਲ ਹੈ, ਇਹਦੇ ਉੱਪਰ ਹੀ ਸਟੇਟ ਖੜੀ ਹੁੰਦੀ ਹੈ। ਪਰ ਜੇ ਕਿਤੇ ਗਿਣਤੀ ਮਿਣਤੀ ਦੇ ਵਿੱਚ ਥੋੜ੍ਹਾ ਜਿਹਾ ਵੀ ਸੁਖਵਿੰਦਰ ਜੀ ਇਹ ਹੋ ਜਾਂਦਾ ਹੈ ਕਿ 10 ਸੀਟਾਂ ਥੁੜ ਗਈਆਂ ਜਾਂ ਮਤਲਬ ਘੱਟ ਗਈਆਂ ਜਾਂ ਵੱਧ ਗਈਆਂ ਜਾਂ ਘੱਟ ਕੁਛ ਅੱਖਾਂ ਦਿਖਾਉਣ ਲੱਗ ਗਏ, ਫਿਰ ਮੋਦੀ ਸਾਹਿਬ ਦੀ ਲੀਡਰਸ਼ਿਪ ਨੂੰ ਕੁਸਚਨ ਉੱਠ ਖੜਦਾ ਅੰਦਰੋਂ ਹੀ, ਇਹਦੀਆਂ ਵੀ ਪੋਸੀਬਿਲਿਟੀਜ਼ ਨੇ, ਬਿਲਕੁਲ। ਤਾਂ ਇਹ ਚੇਂਜ ਸਮੂਥ ਨਹੀਂ ਹੋਊਗੀ, ਮਤਲਬ ਜੇ ਬਈ ਜੇ ਜ਼ਿਆਦਾ ਵੱਡੀ ਮੈਜੋਰਟੀ ਦੇ ਨਾਲ ਨਾ ਆਈ ਸਰਕਾਰ, ਤਾਂ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੇ NDA ਗਠਜੋੜ ਜਿੱਤਿਆ ਘੱਟ ਸੀਟਾਂ ਦੇ ਨਾਲ, ਯਾਨੀ ਸਰਕਾਰ ਬਣਨ ਜੋਗੀਆਂ ਸੀਟਾਂ ਹੋਣ ਪਰ ਘੱਟ ਸੀਟਾਂ ਦੇ ਨਾਲ ਜਿੱਤਿਆ ਹੋਵੇ, ਤਾਂ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਉਹ ਬਣਨਗੇ। ਪ੍ਰਧਾਨ ਮੰਤਰੀ ਕੋਈ ਹੋਰ ਵੀ ਬਣ ਸਕਦਾ, ਬਿਲਕੁਲ। ਜਦੋਂ ਕੋਈ ਹੋਰ ਮਤਲਬ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਕਰੂਗਾ, ਫਿਰ ਮੋਦੀ ਜੀ ਨੇ ਦੱਸਤਾ ਹੈ ਕਿ ਉਹ ਤਾਂ ਭਗਵਾਨ ਦੀ ਡਿਊਟੀ ਲੱਗੀ ਹੋਈ ਆ ਉਹਨਾਂ ਦੀ, ਉਹ ਤਾਂ ਫਿਰ ਡਿਊਟੀ ਤਾਂ ਨਿਭਾਉਣਗੇ ਹਰ ਹਾਲਤ ਦੇ ਵਿੱਚ। ਉਹ ਮੇਰਾ ਖਿਆਲ ਇਹ ਹੈ ਵੀ ਉਹ ਕਿਸੇ ਨੂੰ ਬਣਨ ਨਹੀਂ ਦੇਣਗੇ, ਨਾ ਖਾਊਂਗਾ ਨਾ ਖਾਣੇ ਦਊਗਾ, ਇਹ ਪੋਜੀਸ਼ਨ ਫਿਰ ਬਣੂਗੀ ਅਸਲ ਵਿੱਚ। ਔਰ ਇਹ ਮਾੜੇ ਸ਼ਗਨ ਨੇ, ਮੈਂ ਸਮਝਦਾ ਸਾਡੀ ਰਾਜ ਭਾਗ ਦੇ ਲਈ, ਸਾਡੀ ਸਿਆਸਤ ਦੇ ਲਈ, ਸਾਡਾ ਜਿਹੜਾ ਅਸੀਂ ਇੱਕ ਡੈਮੋਕ੍ਰੈਟਿਕ ਸਿਸਟਮ ਬਣਾਇਆ ਸੀ ਸੋ ਕਾਲਡ, ਤਾਂ ਉਹ ਵੀ ਐਵੇਂ ਜਾਲੀ ਜੀ ਡੈਮੋਕ੍ਰੇਸੀ ਵੀ ਹੈ, ਪਤਾ ਹੈ ਆਪਾਂ ਤਾਂ ਵਿੱਚ ਰਹਿੰਦੇ ਹੀ ਹਾਂ ਉਹਦੇ। ਪਰ ਮੇਰਾ ਖਿਆਲ ਹੈ ਕਿ ਬੜੀ ਬੁਰੀ ਤਰ੍ਹਾਂ ਨੰਗਾ ਹੋਊਗਾ ਔਰ ਕਲੈਪਸ ਕਰ ਜੂਗਾ, ਕਿ ਇਹਨਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਸਿਆਣਪ ਨਾਲ ਚੱਲਣਾ ਚਾਹੀਦਾ ਹੈ,
ਪਰ ਮੇਰਾ ਖਿਆਲ ਇਹ ਹੈ ਕਿ ਜੇ ਸਰਕਾਰ ਬਣਦੀ ਹੈ ਤਾਂ ਸਟੇਬਲ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਕਰਨੀ ਚਾਹੀਦੀ ਹੈ, ਬਿਲਕੁਲ। ਚਲੋ ਦੇਖਦੇ ਹਾਂ ਕਿ ਕੀ ਕੁਝ ਨਿਕਲ ਕੇ ਆਉਂਦਾ। ਸਿਰਫ 10 ਘੰਟਿਆਂ ਦਾ ਹੀ ਸਮਾਂ ਜਿਹੜਾ ਉਹ ਰਹਿ ਗਿਆ। ਤਾਂ ਡਾਕਟਰ ਜੀ ਸਾਹਿਬ, ਤੁਸੀਂ ਬਿਲਕੁਲ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ, ਸ਼ੁਕਰੀਆ ਸਾਰੇ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਸ਼ੁਕਰੀਆ। ਸਾਰੇ ਸਬਰ ਨਾਲ ਆਪਣੀ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾ ਕੇ, ਸ਼ੂਗਰ ਸ਼ਾਗਰ ਦੀਆਂ, ਸਾਰੇ ਪੋਲੀਟੀਸ਼ੀਅਨ ਨੇ ਜਿਹੜੇ ਇੰਤਜ਼ਾਰ ਕਰਨ, ਹੁਣ ਤਾਂ ਥੋੜ੍ਹਾ ਹੀ ਟਾਈਮ ਰਹਿ ਗਿਆ। ਥੋੜ੍ਹਾ ਹੀ ਟਾਈਮ ਰਹਿ ਗਿਆ, ਬਿਲਕੁਲ। ਓਕੇ ਸਵੇਰੇ ਜੀ, ਆਲ ਦਾ ਉੱਠਦਿਆਂ ਨੂੰ ਬੈਸਟ। ਤਾਂ ਰੁਝਾਨ ਆਉਣਾ ਸ਼ੁਰੂ ਹੋ ਜਾਣੇ। ਬਿਲਕੁਲ ਜੀ, ਬਿਲਕੁਲ, ਆਲ ਦਾ ਚਾਹ, ਬੈਸਟ। ਥੈਂਕ ਯੂ ਓਕੇ ਸਰ। ਜੀ, ਤਾਂ ਇਹ ਸਨ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ 'ਤੇ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।